ਅਸਲਾਮ ਅਲੈਕੁਮ ਜੀ ਦੋਸਤੋ, ਕੀ ਹਾਲ ਚਾਲ ਨੇ ਤੁਹਾਡੇ? ਖੈਰ ਖਰੀਅਤ ਦੇ ਨਾਲ ਹੋ, ਸਿਹਤ ਵੀ ਠੀਕ ਹੈ, ਉਮੀਦ ਹੈ ਸਭ ਦੋਸਤ ਖੈਰ ਖਰੀਅਤ ਦੇ ਨਾਲ ਹੋਣਗੇ। ਅਤੇ ਫੇਸਬੁੱਕ ਦੇ ਉੱਪਰ ਸਟੇਟਸ ਅਪਡੇਟ ਸੀ ਕਿ ਤੁਹਾਨੂੰ ਮੈਂ ਸ਼ੌਕ ਕਰਾਵਾਂਗਾ ਉਸਤਾਦ ਹਾਫਿਜ ਜਵੇਦ ਸਾਹਿਬ ਦਾ। ਇਹ ਬੜੇ ਮੇਰੇ ਮੁਹੱਬਤ ਔਰ ਪਿਆਰ ਵਾਲੇ ਭਾਈ ਨੇ ਫੈਸਲਾਬਾਦ ਦੇ ਵਿੱਚ, ਜਿਨ੍ਹਾਂ ਨੇ ਬੜੀ ਮਿਹਨਤ ਨਾਲ, ਬੜੀ ਲਗਨ ਨਾਲ, ਬੜੀ ਜੁਸਤਜੂ ਨਾਲ ਕਬੂਤਰ ਬਣਾਏ ਹੈ। ਔਰ ਕਬੂਤਰਾਂ ਦੇ ਨਾਲ ਨਾਲ ਨਾ ਇੱਕ ਕਰੈਕਟਰ ਨੂੰ ਇਕੱਠਾ ਕੀਤਾ ਹੋਇਆ। ਕਬੂਤਰ ਤਾਂ ਅੱਛੇ ਬੁਰੇ ਹਰ ਜਗ੍ਹਾ ਦੇ ਉੱਤੋਂ ਮਿਲ ਜਾਂਦੇ ਆ, ਲੇਕਿਨ ਕਰੈਕਟਰ ਕਬੂਤਰਾਂ ਦਾ ਇਹਨਾਂ ਨੇ ਇਕੱਠਾ ਕੀਤਾ ਹੋਇਆ, ਜਿਹਦੇ ਵਿੱਚ ਇਹਨਾਂ ਨੇ ਇੱਕ ਬਰੀਡ ਨੂੰ ਆਪਣੇ ਨਾਂ ਦੇ ਨਾਲ ਮੁਨਸਲਿਕ ਕੀਤਾ ਹੈ ਔਰ ਇਹਨਾਂ ਨੇ ਉਹਨਾਂ ਕਬੂਤਰਾਂ ਨੂੰ ਅੱਗੇ ਲੈ ਕੇ ਚੱਲੇ ਨੇ। ਸਭ ਤੋਂ ਮਜ਼ੇ ਦੀ ਗੱਲ ਜਿਹੜੀ ਹੈ ਕਿ ਆਪਣੇ ਸੀਨੀਅਰਸ ਦੀ ਬੜੀ ਇੱਜ਼ਤ ਕਰਦੇ ਨੇ ਔਰ ਫੈਸਲਾਬਾਦ ਦੇ ਚੈਂਪੀਅਨ ਖਿਲਾੜੀਆਂ ਦੇ ਵਿੱਚ ਇਹਨਾਂ ਦਾ ਸ਼ੁਮਾਰ ਹੁੰਦਾ। ਅਤੇ ਅੱਜ ਮੈਂ ਇਹਨਾਂ ਨੂੰ ਫਿਰ ਫੋਨ ਕੀਤਾ, ਮੈਂ ਕਿਹਾ ਸਰ ਜੀ ਦੋਸਤ ਜਿਹੜੇ ਨੇ ਉਹ ਅੱਛੇ ਕਬੂਤਰ ਦੇਖਣ ਦੀ ਖਵਾਹਿਸ਼ 'ਚ ਹਰ ਵੇਲੇ ਰਹਿੰਦੇ ਨੇ, ਅਤੇ ਮਿਹਰਬਾਨੀ ਕਰੋ ਸਾਨੂੰ ਸ਼ੌਕ ਕਰਾਓ। ਅਤੇ ਮੇਰਾ ਖਿਆਲ ਆ ਕਿ ਜਿਨ੍ਹਾਂ ਨੂੰ ਮੈਂ ਇਹ ਰਿਕੁਐਸਟ ਕੀਤੀ ਉਹਦੇ ਵਿੱਚ ਹਾਫਿਜ਼ ਸਾਹਿਬ ਦਾ ਮੇਰਾ ਖਿਆਲ ਤੀਸਰਾ ਚੌਥਾ ਨੰਬਰ ਹੋਣਾ ਹੈ, ਕਿਉਂਕਿ ਜਿਹੜੀ ਡਿਮਾਂਡ ਹੁੰਦੀ ਉਹਦੇ 'ਤੇ ਫਿਰ ਲੋਕ ਪਸੰਦ ਕਰਦੇ ਨੇ ਔਰ ਜਿੱਥੇ ਰਿਜ਼ਲਟ ਆਉਂਦਾ ਉੱਥੇ ਹੀ ਪਰਫੈਕਸ਼ਨ ਹੁੰਦੀ ਹੈ। ਅਤੇ ਹਾਫਿਜ਼ ਸਾਹਿਬ ਬੜੇ ਕਬੂਤਰਾਂ ਨੂੰ ਸਮਝਦੇ ਨੇ, ਬੜਾ ਅੱਛਾ ਇਹਨਾਂ ਦਾ ਉਹ ਤਰਾਜ਼ੂ ਨੇ। ਬਹੁਤ ਬੜੀ ਪਾਰਟੀ ਦੇ ਮਾਸ਼ਾਅੱਲਾ ਇੱਥੇ ਮਾਲਕ ਨੇ ਔਰ ਹਾਫਿਜ਼ ਜਵੇਦ ਪੈਟਰੋਲ ਪੰਪ ਦੇ ਨਾਂ ਤੋਂ ਇਹਨਾਂ ਨੇ ਆਪਣੀ ਮਾਸ਼ਾਅੱਲਾ ਪਹਿਚਾਣ ਬਣਾਈ ਹੈ ਔਰ ਬੜੇ ਅੱਛੇ ਖਾਂਦੇ ਪੀਂਦੇ ਘਰ ਦੇ ਚਸ਼ਮੋ ਚਿਰਾਗ ਨੇ। ਸਭ ਤੋਂ ਅੱਛੀ ਗੱਲ ਇਹ ਕਿ ਇੰਤਜ਼ਾਮੀ ਅਮੂਰ ਜਿਹੜੇ ਨੇ ਫੈਸਲਾਬਾਦ ਪਿਜਨ ਫਲਾਇੰਗ ਐਸੋਸੀਏਸ਼ਨ ਦੇ, ਉਹ ਬੜੇ ਅੱਛੇ ਤਰੀਕੇ ਨਾਲ ਕੇਅਰ ਟੇਕ ਕਰਦੇ ਨੇ ਉਹਨਾਂ ਨੂੰ। ਅਤੇ ਇਹ ਵਾਹਦ ਛੱਤ ਹੈ ਫੈਸਲਾਬਾਦ ਦੀ, ਜਿੱਥੇ 8 ਵਜੇ ਤੱਕ ਜੇਡ ਦਾ ਲਾਸਟ ਟਾਈਮ ਸੀ ਅਤੇ 1 ਮਿੰਟ ਘੱਟ 8 ਵਜੇ ਕਬੂਤਰ ਬਹਿ ਕੇ ਪੂਰੇ ਫੈਸਲਾਬਾਦ ਨੂੰ ਜਿੱਤ ਕੇ ਬੈਠਾ ਸੀ। ਇਹਨਾਂ ਨੇ ਬੜੇ ਅੱਛੇ ਕਬੂਤਰ ਬਣਾਏ ਨੇ ਔਰ ਸਫਾਤ ਦੀਆਂ ਅਗਰ ਗੱਲਾਂ ਕਰੀਏ ਕੁਆਲਿਟੀ ਦੀਆਂ, ਅਤੇ ਹਮੇਸ਼ਾ ਤੁਸੀਂ ਦੇਖੋਗੇ ਇਹਨਾਂ ਨੂੰ ਮੁਸਕਰਾਉਂਦੇ ਹੋਏ। ਅਤੇ ਇਸ ਲਾਈਵ ਇੰਟਰਵਿਊ ਦੇ ਵਿੱਚ ਵੀ ਤੁਸੀਂ ਦੇਖਣਾ, ਜੇ ਅਸੀਂ ਨਾ ਹੱਸੇ ਸਾਨੂੰ ਘਸੁੰਨ ਵੀ ਵੱਜ ਸਕਦਾ, ਧੱਕਾ ਘਸੁੰਨ ਸਾਰਾ ਕੁਝ ਹੱਸਣਾ ਪੈਣਾ ਇਹਨਾਂ ਦੇ ਨਾਲ ਸਾਨੂੰ। ਅਤੇ ਬੜੇ ਅੱਛੇ ਇਨਸਾਨ ਨੇ, ਬੜੇ ਗ੍ਰੇਟ ਮੈਨ ਨੇ। ਸਭ ਤੋਂ ਵੱਡੀ ਗੱਲ ਜਿਹੜੀ ਹੈ ਕੁਆਲਿਟੀਆਂ ਦੀ ਗੱਲ ਹੋ ਰਹੀ ਸੀ, ਮੁਸਕਰਾਉਣਾ ਉਸ ਤੋਂ ਵੀ ਵੱਡੀ ਕੁਆਲਿਟੀ ਹੈ। ਇਹਨਾਂ ਦੇ ਸੀਨੇ ਦੇ ਵਿੱਚ ਕੁਰਾਨੇ ਪਾਕ ਹੈ, ਹਾਫਜ਼ ਏ ਕੁਰਾਨ ਨੇ ਮਾਸ਼ਾਅੱਲਾ, ਔਰ ਬੜਾ ਪਿਆਰ ਕਰਦੇ ਨੇ ਮੇਰੇ ਨਾਲ, ਤਾਂ ਬਹੁਤ ਕਰਦੇ ਨੇ ਕਿਉਂਕਿ ਮੈਨੂੰ ਅਰਸਾ 20-22 ਸਾਲ ਤੋਂ ਮੇਰੇ ਨਾਲ ਇਹਨਾਂ ਦਾ ਦੋਸਤਾਨਾ, ਬੜੇ ਨਫੀਸ ਇਨਸਾਨ ਨੇ। ਅਤੇ ਕੈਮਰੇ ਦਾ ਰੁੱਖ ਕਰਦੇ ਹਾਂ ਉਸਤਾਦ ਹਾਫਿਜ਼ ਜਵੇਦ ਵੱਲ। ਉਹਦੇ ਤੋਂ ਪਹਿਲੇ ਮੈਂ ਤੁਹਾਨੂੰ ਆਪਣੇ ਰਾਈਟ ਸਾਈਡ 'ਤੇ ਦਿਖਾਵਾਂਗਾ, ਮੇਰੇ ਛੋਟੇ ਭਾਈ ਬੈਠੇ ਨੇ, ਸ਼ਾਹਕੋਟ ਦੀ ਬੜੀ ਨਾਮੀਨੇਟ ਸ਼ਖਸੀਅਤ ਹੈ ਔਰ ਕਬੂਤਰਬਾਜ਼ੀ ਦਾ ਉੱਥੇ ਦੇ ਸਦਰ ਵੀ ਨੇ, ਟੂਰਨਾਮੈਂਟਸ ਵਗੈਰਾ ਵੀ ਬੜੇ ਔਰਗਨਾਈਜ਼ ਕਰਵਾਉਂਦੇ ਨੇ ਉੱਥੇ। ਔਰ ਸਭ ਤੋਂ ਅੱਛੀ ਗੱਲ ਇਹ ਕਿ ਮੇਰਾ ਜਿਗਰੀ ਯਾਰ ਹੈ, ਜਿਗਰੀ ਯਾਰ ਜਿਹਨੂੰ ਕਹਿੰਦੇ ਨੇ ਭਾਈ, ਇਹ ਛੋਟਾ ਬੜਾ ਅੱਛਾ ਸ਼ੌਕ ਕਰਦਾ। ਇਹਨਾਂ ਦੇ ਕੋਲ ਜੌਂਸਰੇ ਕਬੂਤਰ ਨੇ, ਮੇਰਾ ਖਿਆਲ ਹੈ ਕਿ ਪਾਕਿਸਤਾਨ 'ਚ ਅਗਰ ਤਗੜੇ ਕਿਸੇ ਬੰਦੇ ਕੋਲ ਜੌਂਸਰੇ ਹੋਣਗੇ ਨਾ, ਤੇ ਉਹ ਇੰਨੇ ਹੀ ਤਗੜੇ ਹੋਣਗੇ ਜਿੰਨੇ ਇਮਰਾਨ ਭਾਈ ਕੋਲ। ਇੱਧਰ ਕਰੋ ਇਮਰਾਨ ਭਾਈ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ? ਅਲਹਮਦੁਲਿਲਾ, ਅਲਹਮਦੁਲਿਲਾ। ਨਹੀਂ, ਮੈਂ ਗੱਲ ਗਲਤ ਕੀਤੀ, ਕਿੰਨੇ ਵਜੇ ਤੱਕ ਬਹਿੰਦੇ ਤੁਹਾਡੇ ਜੌਂਸਰੇ? ਆ ਹੁਣ ਤੁਸੀਂ ਟੂਰਨਾਮੈਂਟ ਉਡਾਇਆ? ਠੀਕ ਕਰਦੇ ਆ ਗੁਜ਼ਾਰਾ, ਅਲਹਮਦੁਲਿਲਾ। ਅੱਛਾ ਜੀ, ਠੀਕ ਹੈ। ਲਓ ਸਰ, ਕੈਮਰੇ ਦਾ ਰੁੱਖ ਕਰਦੇ ਹਾਂ ਜ਼ਰਾ ਹਾਫਿਜ਼ ਸਾਹਿਬ ਵੱਲ, ਫਿਰ ਵਾਪਸ ਆਉਂਦੇ ਹਾਂ ਅੱਜ ਕੌਂਟਾ ਸਾਹਿਬ ਨਾਲ ਵੀ। ਜੀ ਅਸਲਾਮ ਅਲੈਕੁਮ ਜੀ ਉਸਤਾਦ ਮੁਹਤਰਮ, ਕੀ ਹਾਲ ਹੈ ਸਰ? ਠੀਕ ਠਾਕ ਹੋ? ਸਭ ਤੋਂ ਪਹਿਲਾਂ ਤੁਹਾਡਾ ਮੈਂ ਸ਼ੁਕਰੀਆ ਅਦਾ ਕਰਦਾ, ਥੈਂਕ ਯੂ ਸੋ ਮਚ, ਤੁਸੀਂ ਇਹਨੇ ਮੇਰੀ ਤਰੀਫਾਂ ਕੀਤੀਆਂ। ਨਹੀਂ ਨਹੀਂ ਭਾਈ, ਵੱਡੇ ਤੁਸੀਂ ਭਾਈ ਹੋ ਤੇ ਵਾਕਈ ਤੁਸੀਂ ਮੇਰੇ ਭਾਈ ਹੋ, ਬੇਸ਼ੱਕ ਮਾਸ਼ਾਅੱਲਾ ਸਾਡਾ ਤੁਹਾਡਾ ਤਲਕ 20-22 ਸਾਲ ਤਲਕ, ਅਲਹਮਦੁਲਿਲਾ। ਉਸ ਤੋਂ ਬਾਅਦ ਜੋ ਸਭ ਤੋਂ ਪਹਿਲਾਂ ਮੈਂ ਜੀ ਅੱਲਾ ਦਾ ਸ਼ੁਕਰ ਅਦਾ ਕਰਾਂਗਾ, ਫਿਰ ਆਪਣੇ ਮਾਂ ਬਾਪ ਦਾ, ਦੁਆਵਾਂ ਨਾਲ ਅੱਲਾ ਪਾਕ ਨੇ ਇਸ ਮੁਕਾਮ ਤੱਕ ਪਹੁੰਚਾਇਆ ਮੇਰੇ ਸਾਥ ਦੀ ਦੁਆਵਾਂ, ਅੱਲਾ ਪਾਕ ਮੇਰੇ ਸਾਥ ਨੂੰ ਜੰਨਤ ਸੋ ਜਗ੍ਹਾ ਤਾਂ ਫਰਮਾਵੇ, ਆਮੀਨ ਆਮੀਨ। ਤੇ ਬਸ ਸ਼ੌਕ ਸੀ ਬਚਪਨ ਤੋਂ, ਅੱਲਾ ਪਾਕ ਨੇ ਇਜ਼ਤ ਦੀ ਨਵਾਜ਼ੀ ਇਸ ਸ਼ੌਕ ਦੇ ਵਿੱਚ ਬੜੀ, ਅੱਲਾ ਦਾ ਸ਼ੁਕਰ ਅਦਾ ਕਰਦਾ ਆਪ ਸਭ ਜੀ ਜੀ ਜੀ। ਤੇ ਕਬੂਤਰ ਜੀ ਖਾਸ ਤੌਰ ਤੇ ਜੀ ਇੱਕ ਬਰੀਡ ਬੰਦੀ ਹੈ ਬੰਦਾ ਬਣਾ ਲੈਂਦਾ ਜੀ, ਤੇ ਅਸੀਂ ਮਦੀਨਾ ਵਾਲੀ ਬਰੀਡ ਬਣਾਈ ਹੈ ਦੈਨ ਭਾਈ ਜੀ, ਦੋਸਤ ਮੇਰੇ ਮਨਜੀਤ ਸਾਹਿਬ ਮਦੀਨਾ ਸ਼ਰੀਫ ਜੀ ਭਾਈ, ਉਹ ਪਾਕਿਸਤਾਨ ਪੱਕੇ ਆ ਗਏ ਨੇ, ਮਨਜੀਤ ਸਾਹਿਬ ਹੁੰਦੇ ਨੇ ਮਦੀਨਾ ਸ਼ਰੀਫ ਜੀ, ਅਕਸਰ ਜ਼ਿਕਰ ਹੁੰਦਾ। ਦੇਖੋ ਜੀ, ਇਸ ਦੋਸਤ ਦੇ ਨਾਮ ਤੋਂ ਚੀਜ਼ ਬਣ ਗਈ ਹੋਵੇ ਨਾ ਜੀ, ਮੁਹੱਬਤ ਕੀਤੀ ਹੋਵੇ, ਚਾਹਤ ਕੀਤੀ ਹੋਵੇ ਉਸ ਦੋਸਤ ਨੇ, ਤਲਕ ਬਣਾਇਆ ਸੀ ਮੇਰੇ ਹਾਜੀ ਸਾਹਿਬ ਨੇ, ਉਹਨਾਂ ਨੇ ਹਾਜੀ ਅਹਿਮਦ ਰਾਮ ਸਾਹਿਬ ਨੇ। ਅੱਛਾ ਜੀ, ਅੱਜ ਭਾਈ ਬਣੇ ਨੇ ਜੀ ਉਹ ਮੇਰੇ ਜੀ, ਉਹਨਾਂ ਦੀ ਬਦੌਲਤ ਕਾਫੀ ਤਲਕ ਬਣ ਗਿਆ ਟੋਬੇ ਦੇ ਵਿੱਚ ਵੀ, ਫਰਕ ਸਾਹਿਬ ਨੇ ਜੀ, ਚੋਰੀ ਫਰਕ ਸਾਹਿਬ ਹੈ ਮੌਜੂਦਾ ਐਮਐਨਏ ਨੇ ਜੀ, ਹਾਂਜੀ ਉਹਨਾਂ ਦੇ ਕਜ਼ਨ ਮੀਆਂ ਜਿਨੇਦ ਵਾਰ ਸਾਹਿਬ ਜੀ, ਇਹ ਕਬੂਤਰ ਉਹਨਾਂ ਨੇ ਭੇਜਿਆ ਸੀ, ਕਬੂਤਰ ਆਇਆ ਸੀ ਕਿ ਆਂਡੇ ਆਇਆ ਸੀ ਉਸ ਸਾਜੀ, ਆਂਡੇ ਆਇਆ ਸੀ ਉਹਨਾਂ ਕੋ ਮੈਂ ਬਿਠਾ ਲੈ ਗਿਆ ਸੀ। ਅੱਛਾ, ਕੀ ਕਹਦਾ ਬੋਸ ਦੋਸਤ? ਅੱਛਾ ਜੀ, ਹਾਂਜੀ ਉਹਨਾਂ ਇੱਕ ਭਾਈ ਉਹਨਾਂ ਦੇ ਕੋਲ ਆ। ਅੱਛਾ ਜੀ, ਇਹ ਬੇਸਿਕਲੀ ਉਹਨਾਂ ਦੇ 32 ਨੰਬਰ ਕਬੂਤਰ ਮਦੀਨਾ ਸ਼ਰੀਫ ਵਾਲੇ ਜੀ, ਠੀਕ 4 ਨੰਬਰ ਕੜੀ ਪਾਈ ਆ ਇਸ ਕਬੂਤਰ ਨੇ। ਅੱਛਾ ਜੀ, ਇਹ ਬਲੱਡ ਲਾਈਨ ਕਿਹੜੀ ਆਫ ਸਰ? ਚੋਈ ਸਾਹਿਬ ਵਾਲੀ ਬਲੱਡ, ਠੀਕ ਹੈ। ਸਾਡੇ ਤਾਂ ਮਦੀਨਾ ਸ਼ਰੀਫ ਵਾਲੇ ਆਂਡੇ ਆਏ ਸੀ, ਠੀਕ ਹੈ। ਆਫ ਸਰ ਮੈਨੂੰ ਇਹ ਦੱਸੋ ਕਿ ਕੀ ਉਹਦਾ ਨਾਮ ਹੈ, ਕਬੂਤਰ ਤਾਂ ਅੱਛੇ ਬੁਰੇ ਤੁਹਾਨੂੰ ਪਤਾ ਸਟਰਕਚਰ ਯੇ ਵੋ ਹਰ ਜਗ੍ਹਾ ਮਿਲ ਜਾਂਦੇ ਨੇ,
ਇਹਨਾਂ ਚ ਕਿਹੜੀ ਐਸੀ ਅਦਾ ਹੈ ਜਿਹਨੂੰ ਤੁਸੀਂ ਮਤਲਬ ਨੋਟ ਕੀਤਾ ਤੇ ਤੁਸੀਂ ਕਿਹਾ ਯਾਰ ਇਹ ਬਰੀਡਰ ਕਬੂਤਰ ਨੇ ਵਧਾਣੇ ਚਾਹੀਦੇ ਨੇ, ਹੋਰ ਵੀ ਤੁਹਾਡੇ ਹੱਥਾਂ ਚ ਹਜ਼ਾਰਾਂ ਕਬੂਤਰ ਨੰਗੇ ਜੀ ਜੀ ਜਿੰਦਾਬਾਦ। ਗਰਮੀ ਪਈ ਪਿਛਲੇ ਸਾਲ ਤੁਹਾਨੂੰ ਪਤਾ, ਪਿਛਲੇ ਸਾਲ ਪਿਛਲੇ ਬੜੀ ਗਰਮੀ ਪਈ ਸੀ, ਲੋਕਾਂ ਦੇ ਕਬੂਤਰ 10 ਵਜੇ ਮਰ ਗਏ ਸੀ, 11 ਵਜੇ ਮਰ ਗਏ, 2 ਵਜੇ ਮਰ ਗਏ ਕਬੂਤਰ ਆ ਗਏ। ਅਲਹਮਦੁਲਿਲਾ ਇਸ ਕਬੂਤਰ ਦੇ ਪੱਠੇ ਦੀਆਂ ਤੇ ਉਹ 39 ਨੰਬਰ ਨੀ ਜੀ ਜੀ ਧੀ ਦੀਆਂ 4-4 ਵਜੇ ਦੀਆਂ ਮੇਰੇ ਕੋਲ ਪ੍ਰਵਾਦ ਆ, ਜੇਠ 47-46 ਟੈਪਰ ਦੇ ਵਿੱਚ ਮਾਸ਼ਾਅੱਲਾ ਅਲਹਮਦੁਲਿਲਾ। ਇੱਕ ਵੀ ਮਿਸ ਨਹੀਂ ਹੋਏ, ਕੋਟ ਦੇ ਆਏ ਟੂਰਨਾਮੈਂਟ ਖੇਲਿਆ, ਕੁਛ ਵੀ 2-2.5 ਵਜੇ ਤੱਕ ਬੈਠੇ ਸੀ, ਉਦੋਂ ਵੀ ਬੜਾ ਹਾਰਡ ਪਿਆ ਸੀ ਲੋਕਾਂ ਦੇ ਕਬੂਤਰ, 11-11 ਨਹੀਂ ਬੈਠੇ ਸੀ, ਉਦੋਂ 2:30 ਤੱਕ ਦੋਵੇਂ ਅੱਗੇ ਪਿੱਛੇ ਬੈਠੇ ਸੀ, 2:30 ਤੱਕ ਦੋਵੇਂ ਬੈਠੇ ਸੀ, ਫੈਸਲਾਬਾਦ ਦੇ ਵਿਚ ਤੁਸੀਂ ਸਭ ਅੱਛਾ ਪਲੇਅਰ ਕਿਹਨੂੰ ਮੰਨਦੇ ਹੋ? ਫੈਸਲਾਬਾਦ ਜਿਹੜਾ ਅੱਛਾ ਪਲੇਅਰ ਆ ਜੀ ਕਬੂਤਰਬਾਜ਼ੀ ਦੇ, 3 ਨਾਮ ਲੈ ਦੋ ਚੰਗੇ ਪਲੇਅਰਾਂ ਦੇ, ਸ਼ੌਕ ਦੇ ਵਿਚ ਹਵਾਲੇ ਜਿਹਨਾਂ ਦਾ ਸ਼ੌਕ ਕਰਨ ਦਾ ਮਜ਼ਾ ਆਉਂਦਾ ਜੀ। ਮੀਆਂ ਹਸਨ ਸਾਹਿਬ ਜੀ, ਅਸਰੰਗ ਖਾਨ ਉਮਰ, ਰਾਣਾ ਮੰਨਾ। ਅਸਗਰ ਖਾਨ ਦੁੰਮੜ ਸਾਹਿਬ ਦੇ ਹਵਾਲੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਾਂਗਾ, ਮੈਂ ਜਿੰਨੀ ਦੇਰ ਤੋਂ ਉਹਨਾਂ ਨੂੰ ਜਾਣ ਰਿਹਾ ਨਾ, ਮੈਂ ਤਕਰੀਬਨ 16 ਸਾਲ ਤੋਂ ਉਹਨਾਂ ਨੂੰ ਜਾਣ ਰਿਹਾ, ਮੇਰਾ ਖਿਆਲ ਹੈ 16 ਸਾਲਾਂ ਦੇ ਵਿਚ ਅਗਰ 400 ਕੱਪ ਉੜਿਆ ਹੋਣਾ ਨਾ, ਤੇ ਅਸਗਰ ਖਾਨ ਦੀ 399 ਜਿੱਥੇ ਹੋਣੇ ਬਹੁਤ ਉੜਦੇ ਕਬੂਤਰ ਹਾਂਜੀ। ਤੇ ਵਾਹਦ ਸ਼ਗੀਰ ਦਾ ਜਿਹਦਾ ਉਸਤਾਦ ਤੋਂ ਵੀ ਚੰਗਾ ਰਿਜ਼ਲਟ ਆ ਜਾਂਦਾ, ਤੇ ਬਹੁਤ ਨਾਈਸ ਆਦਮੀ ਨੇ, ਬੜੇ ਆਲਾ ਕਬੂਤਰ ਨੇ ਉਹਨਾਂ ਕੋਲ। ਸਰ ਦੂਸਰੇ ਨੰਬਰ ਦੇ ਉੱਪਰ ਸਰ ਮੈਂ ਇਹ ਤੇ 3 ਹੋ ਗਏ ਜਿਹੜੇ ਅੱਛੇ ਕਬੂਤਰ ਪਰ ਨੇ, ਤੇ ਤੁਹਾਡਾ ਬਿਹਤਰੀਨ ਹਰੀਫ ਕਿਹੜਾ ਜਿਹਨਾਂ ਤੁਹਾਨੂੰ ਗੇਮ ਖੇਡਣ ਦਾ ਮਜ਼ਾ ਆਇਆ? ਮੀਆਂ ਹਸਨ ਸਾਹਿਬ, ਬਿਲਕੁਲ ਠੀਕ। ਅੱਛਾ, ਚੌਥੀ ਤੇ ਆਖਰੀ ਗੱਲ ਮੈਨੂੰ ਇਹ ਦੱਸੋ ਕਿ ਕੋਈ ਐਸਾ ਪਲੇਅਰ ਫੈਸਲਾਬਾਦ ਦਾ ਕਿ ਜਿਹਦੇ ਦੀ ਜਿਹਦੀ ਕਬੂਤਰਬਾਜ਼ੀ ਤੋਂ, ਜਿਹਦੇ ਕਬੂਤਰਾਂ ਤੋਂ, ਜਿਹਦੇ ਰਿਕਾਰਡਾਂ ਤੋਂ ਤੁਸੀਂ ਮੁਤਾਸਰ ਹੋਏ ਹੋ? ਅੱਛਾ ਜੀ, ਕੀ ਮਤਲਬ ਮੁਖਤਲਿਫ ਹੈ ਹਾਜੀ ਸਾਹਿਬ ਕੋ? ਦੇਖੋ ਜੀ, ਸਭ ਤੋਂ ਪਹਿਲਾਂ ਫੈਸਲਾਬਾਦ ਚ ਉਹਨਾਂ ਨੇ ਲਟਾਂ ਮੁਤਾਸਰ ਕਰਾਈਆਂ ਜੀ ਕਬੂਤਰਬਾਜ਼ੀ ਚ। ਅੱਲਾ ਪਾਕ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ, ਪਹਿਲਾਂ ਮੈਂ ਅੱਗੇ ਕਿਹਾ ਮੇਰੀ ਮਾਂ ਬਾਪ ਦੀ ਦੁਆ, ਮੇਰੇ ਉਸਤਾਦ ਦੀ ਜੀ, ਮੇਰੇ ਉਸਤਾਦ ਸਾਹਿਬ ਲੈ ਕੇ ਸੀ ਅਹਿਮਦ ਮਾਨ ਸਾਹਿਬ, ਉਹਨਾਂ ਦੇ ਭਾਈ ਸੀ, ਅੱਲਾ ਪਾਕ ਨੇ ਉਹਨਾਂ ਦੇ ਵਸੀਲੇ ਨਾਲ ਜੀ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ। ਸਿੱਧੀ ਗੱਲ ਆ, ਬਹੁਤ ਅੱਛੀ ਗੱਲ, ਬੰਦੇ ਨੂੰ ਬੰਦਾ ਭੁੱਲਣਾ ਚਾਹੀਦਾ, ਜ਼ਿੰਦਗੀ ਚ ਊਂਚ ਨੀਚ ਹੁੰਦੀ ਆ, ਇਹ ਬਹੁਤ ਵੱਡੀ ਗੱਲ ਕਰ ਰਹੇ ਤੁਸੀਂ। ਮੈਂ ਉਹਦੀ ਅੱਜ ਵੀ ਇੱਜ਼ਤ ਕਰਦਾ ਤੇ ਇਨਸ਼ਾ ਅੱਲਾਹ ਦੀ ਇੱਜ਼ਤ ਕਰਦਾ ਰਹਾਂਗਾ, ਠੀਕ ਆ। ਸਰਮਾਇਆ ਨੇ ਸਾਡੇ ਸ਼ੌਕ ਦਾ, ਹਾਂਜੀ, ਇਖਤਲਾਫਾਤ ਹੁੰਦੇ ਰਹਿੰਦੇ ਆ, ਵਾਅਦੇ ਘੱਟੇ ਹੁੰਦੇ ਰਹਿੰਦੇ ਆ, ਗਲਤ ਫਹਿਮੀਆਂ ਪੈਦਾ ਹੁੰਦੀਆਂ ਰਹਿੰਦੀਆਂ ਇਨਸਾਨ ਦੇ ਵਿੱਚ। ਦੇਖੋ ਜੀ, ਹੱਥ ਕਬੂਤਰ ਫੜਿਆ ਇਹਦਾ ਰੱਖ ਦਾ ਸ਼ੌਕ ਕਰਾਓ ਕੁੰਡੇ ਸਾਹਿਬ, ਤੁਸੀਂ ਕਬੂਤਰ ਦੱਸ ਰਿਹਾ ਦੋਸਤਾਂ ਨੂੰ, ਬਾਈ ਮੈਂ ਮਲੇਸ਼ੀਆ ਜਾਣਾ ਸੀ, ਮਤਾ ਕੱਢੇ ਸੀ। ਲੋ ਸਰ, ਹਾਫਿਜ਼ ਸਾਹਿਬ ਮੈਂ ਰਿਕੁਐਸਟ ਕਰਾਂਗਾ ਕਿ ਉਹਨਾਂ ਕਬੂਤਰਾਂ ਦਾ ਸ਼ੌਕ ਕਰਾਇਆ ਜਾਏ ਜਿਹੜੇ ਮਤਲਬ ਨੋਮੀਨੇਟਿਡ ਤੁਹਾਡੇ ਜੋੜੇ ਲੱਗੇ ਨੇ, ਤਾਂ ਕਿ ਦੋਸਤਾਂ ਨੂੰ ਲੱਗੇ ਲਗਾਏ ਜੋੜੇ ਤੋਂ ਜ਼ਰਾ ਕੁਛ ਦੇਖਣ ਨੂੰ ਮਿਲ ਜਾਏ। ਤੁਸੀਂ ਤੁਸੀਂ ਵਿੱਚ ਕਲਿੱਕ ਕਰਨਾ, ਕਲਿੱਕ ਕਰਕੇ ਤੇ ਇਹਨੂੰ ਇਸ ਤਰ੍ਹਾਂ ਕਰ ਲੈਣਾ, ਦਿਖਾਓ ਤੁਸੀਂ ਰਣ ਭਾਈ। ਹਰ ਬੰਦੇ ਦਾ ਆਪਣਾ ਸ਼ੌਕ ਹੁੰਦਾ ਵਾ, ਠੀਕ ਹੈ ਨਾ ਜੀ। ਮੇਰੇ ਪਿਆਰ ਵਾਲੇ ਕਬੂਤਰ ਆ ਜੀ, ਮੇਰਾ ਨਾ ਲਗਨ ਆ, ਮੁਹੱਬਤ ਪਈ ਆ ਕਬੂਤਰਾਂ, ਛੱਡਣ ਲੱਗਾ ਸੀ ਪਿੱਛੇ, ਖਤਮ ਕਰਨ ਲੱਗਾ ਸੀ ਸ਼ੌਕ। ਅੱਛਾ, ਮਗਰ ਮੈਂ ਫਿਰ ਯਾਰ ਦੋਸਤਾਂ ਦੇ ਫੋਨ ਆ 2-3 ਦੇ, ਖਾਸ ਤੌਰ ਤੇ ਖਾਲਸ ਭਰਾ ਸਾਹਿਬ ਦਾ। ਅੱਛਾ ਜੀ, ਮੇਰੇ ਸਾਥ ਦੇ ਤੁਸੀਂ ਮੋਬਾਈਲ ਇੱਕ ਜਗ੍ਹਾ ਟਿਕਾ ਲਓ। ਅੱਛਾ ਜੀ, ਉਹਨਾਂ ਦਾ ਪੁੱਤ ਨਾ ਜਾਣਦੇ ਯਾਰ, ਸਾਡਾ ਉਹਨਾਂ ਦਾ ਹੀ ਵਸੀਲਾ, ਚਲੋ ਇਸ ਬਾਣੇ ਤੈਨੂੰ ਅਸੀਂ ਮਿਲ ਲਈਦਾ, ਫਿਰ ਤੈਨੂੰ ਤੈਨੂੰ ਕਿੰਨਾ ਮਿਲਣਾ, ਮੈਂ ਸੋਚ ਰਿਹਾ ਗੱਲਾਂ ਤੁਸੀਂ ਸਹੀ ਕੀਤੀਆਂ, ਮੈਂ ਚਲੋ ਰੱਖ ਲਈਏ। ਨਹੀਂ ਅਫ ਸਾਹਿਬ, ਇੰਨੀ ਅੱਛੀ ਤੁਹਾਡੀ ਪਰਫਾਰਮੈਂਸ ਆ, ਤੁਹਾਡੇ ਸ਼ਾਗਿਰਦਾਂ ਦੀ ਕਸੂਰ ਤੱਕ ਤੁਸੀਂ ਸ਼ਾਗਿਰਦ ਕਰਕੇ ਆਏ ਹੋ ਅਲਹਮਦੁਲਿਲਾ, ਤੇ ਉੱਥੇ ਵੀ ਮਾਸ਼ਾਅੱਲਾ ਉਹ ਚੈਂਪੀਅਨ ਉਸਤਾਦਾਂ ਦੇ ਨਾਲ ਉਹਨਾਂ ਬੰਦਿਆਂ ਨੇ ਪਰਫਾਰਮੈਂਸ ਦਿਖਾਈ ਹੈ, ਤੇ ਫਿਰ ਇੰਨੀ ਕਾਮਯਾਬੀ ਤੋਂ ਬਾਅਦ ਛੱਡਣ ਦੀ ਵਜ੍ਹਾ? ਵੈਸੇ ਜਾਨ ਬਾਈ, ਦੇਖੋ ਨਾ ਤੁਸੀਂ ਸ਼ੌਕ ਹੀ ਦੇਖ ਲਓ, ਮਜ਼ਾ ਨਹੀਂ ਆ ਰਿਹਾ, ਅਨਾ ਦਾ ਮਸਲਾ ਬਣਿਆ ਸਾਡੇ ਫੈਸਲਾਬਾਦ। ਮੈਂ ਅੱਗੇ ਕਿਹਾ ਸਾਡੇ ਫੈਸਲਾਬਾਦ ਦਾ ਸ਼ੌਕ ਕਿਤੇ ਨਹੀਂ, ਅਲਹਮਦੁਲਿਲਾ ਸਾਡੇ ਫੈਸਲਾਬਾਦ ਦਾ ਸਾਲ ਕਿਤੇ ਨਹੀਂ, ਇਸ ਤਰ੍ਹਾਂ ਹੀ।
जिन्ने के दे पर है ना दोस्तो, अगर इन्ने की अज तुसी देख लोगे ना या इन्ने लगे इंज शेप च किसी कबूतर ते देखोगे ना तो काम इंज ही करेगा जिस तरह हाफ साहब ने दस दिता। गारंटी वाला ज़ाया नहीं लगदा, बच्चे होंदे घर बैठ जान जी। दुम देखो कितनी समेटी हुई है, और आम रूटीन च असीं टैडी कबूतर देखते हैं चौधरी साहब वाले भी, लेकिन उन्होंने थले ना वेट हुंदा ते ना हड्डियां हुंदियां ने ते ना स्ट्रक्चर ने, ए भी उन्होंने कबूतर ने ठीक है, लेकिन हाफ साहब ने और भाई मजीद ने इन्हों इस तरीके मेनटेन किया कि पूरिया बाडिया के आ कबूतर ने, पूरिया बाडिया का आ कबूतर है जिन्हू पूरी बाडी कहते हैं, ते मतलब मजा आ जाता देख के इन्हों के सारे हिसाब किताब न। हाफ साहब ने यह कट्टे ने, यकीन करो कि हाफ साहब के पूरे ग्रुप को एक एक दो दो पीस है, जिथे जिथे भी गए ने ना इन्होंने बहुत ही आला काम किया, बहुत कबूतर अगर फड़िया हो तो बंदे शक पैंदी है कि हथों ना निकल जाए। हां जी कुर्सी ते आओ तुसी, एदा कुर्सी दंद जी लो सर। देखो अखां दे विच किन्नियां चमकां ने इन्हां दे ठीक है, और बॉडी दे अंदर इन्हां दे पूरी जान आ जिद्दां साडे फैसलाबादी कबूतरां दी हुंदी आ, मतलब लिपो कबूतर नहीं है, बड़ा ही इन्हां दा मजबूत स्ट्रक्चर दे कबूतर ने माशाल्लाह, कुंदियां च भी बड़ी जान है। इहदा पट्ठा हां जी, इहदा पट्ठा जी कौन सा बैठो, मैं मेरा भरा छड्ड लिया जी, यार मैं असू जेड़ा भरा छड्ड लिया मैं रात रख दूजी फड़ो जी। अच्छा हां जी, फिर इहदा पट्ठा दो किन्ने दा, दूसरा उत्तर रात रख गया मैं भी छड्ड दूं। अच्छा जी, फिर वापस ले आंदा ऊपर रह गया, किसी दा फोन किथे आना सी यार भाई कड़ी पाई। ओए 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 लो जी, आ पर देख रहे हो तुसी इन्ना कबूतरां च नयाब पर, हफ साहब ने बहुत अच्छे कबूतर बनाए ने, ते जिद्दां दा इन्हां दा स्ट्रक्चर ओ डाइयां इन्हां नूं लगियां ने ना, यकीन करो खुले भी छड्ड दईए ना अपनी मर्जी ना नरमा दी लग जाए तां वी अनबैलेंस बच्चे नहीं कड्डणगे इंशाल्लाह ताला। क्या बात है जी, कौंड साहब देखण वाला भाई है, भाई है जिन्हूं भाई कहिंदे यार भाई, इस कबूतर दी सिखण वाली गल्ल, हां जी इस पट्ठे दी मां ते उस कबूतर दे नाल लगी मदीने वाले ना, ए देखो मदी बिलकुल परेल कबूतरी लगी हुई है, लेकिन उन्होंने ऐसी कलर नू और फिजीक नू और जिस्म नू मद्देनजर रखते हुए ना हाफ साहब ने जुड़ा लाया। बस ना हिलाओ तुसी कलर, करीब करो ना थोड़ा जहा पहले, नहीं नहीं इतो अंदर इतो इथे लो जी दोस्तों, रिजल्टेड और टेस्टेड पेयर अल्हम्दुलिल्लाह जान भाई, ते देख लो तुसी इंज ही छड़ के अगलिया ने परफॉर्मेंस ले ली है, हालांकि निकलिया भी बड़ा पूरा निकलिया होना ते बड़ा ही आला खूबसूरत निकलिया होना पट्ठा है, इहदे विच भी टैडी पर ही है, टैडी है जान भाई पहले, और दुम शुम बड़ी अच्छी है, ए उड़ी डाई कबूतरी हफ साहब ने इस पट्ठे ना पा के एक लाइन ब्रीड जी है एक ही लाइन अगे चलाया जी सर। आप साहब फैसलाबाद तो बाहर किथे किड़े किड़े शहर च शिकायत ने तुहाडे? माशाल्लाह हज़रों दे विच ने ਨਰੋਜ਼ ਖਾਨ ਸਾਹਿਬ, ਹਾਂਜੀ ਗੁਜਰਾਤ ਨੇ ਇਹਨਾਂ ਨੂੰ, ਨਰੋਜ਼ ਖਾਨ ਸਾਹਿਬ ਜੀ ਉੱਥੇ, ਮਾਜਦ ਵਜੀਦ ਸਾਹਿਬ ਵੀ ਨਾਲ ਹਲਵੇ ਦੇ ਵਿੱਚ ਜੀ, ਤੇ ਕਸੂਰ ਦੇ ਵਿੱਚ ਟੋਬੇ ਗੁਜਰਾਤ ਨੂੰ ਪਤਾ ਜ਼ਹੀਰ ਚੈਂਪੀਅਨ ਹੋਇਆ ਸੀ ਮਾਸ਼ਾਅੱਲਾ ਜੀ ਜੀ, ਇਦਾਂ ਹੀ ਉੱਥੇ ਦੇ ਮਾਸ਼ਾਅੱਲਾ ਚੈਂਪੀਅਨ ਆ ਮਾਸ਼ਾਅੱਲਾ ਜ਼ਹੀਰ ਤੇ ਮੈਂ ਸ਼ਿਕਾਇਤ ਤੁਹਾਡਾ ਕਰਾਇਆ, ਤੁਸੀਂ ਕਰਾਇਆ ਸੀ ਜਨਾਬ, ਤੇ ਗੁਜਰਾਤ ਵਾਲੇ ਵੀ ਸ਼ਿਕਾਇਤ ਕਰਾਇਆ, ਤੁਸੀਂ ਕਰਾਇਆ ਸੀ ਹਾਂ। ਹਫ ਸਾਹਿਬ ਦਾ ਦਾਣਾ ਪਾਣੀ ਵੀ ਦੋਸਤੋ ਬਹੁਤ ਅੱਛਾ ਹੈ, ਔਰ ਹਫ ਸਾਹਿਬ ਜਿਹਦੇ ਤੇ ਖੁਸ਼ ਹੋ ਜਾਣ ਮਿਹਰਬਾਨੀ ਕਰਨ ਤੇ ਦੋਸਤਾਂ ਦਾ ਨਾ ਸ਼ੌਕ ਹੋ ਜਾਂਦਾ, ਮੈਂ ਇਸ ਕੂਤਰਾ ਮੈਂ ਛੋਟਾ ਡਾਉਂ ਰੱਖਿਆ ਹੈ ਮਦੀਨੇ ਵਾਲਾ ਕੂਤਰਾ 49 ਨੰਬਰ ਮੇਰਾ। ਅੱਛਾ ਜੀ, ਇੱਥੇ ਜਾਣ ਬਈ ਇੱਥੇ। ਲੋ ਜੀ ਇਹਦਾ ਨਾਮ ਛੋਟਾ ਡਾਉਨ ਹੈ ਇਸ ਕਬੂਤਰ ਦਾ। ਜਨ ਸਾਹਿਬ ਇਸ ਕਬੂਤਰ ਦੀ ਪੱਠੀ ਹੈ ਮੈਂ ਘੋੜ ਦੀ ਅਕਸਰ ਦੂਸਰਾ ਮੈਂ ਦਿਖਾਈ ਵੀ ਹੈ। ਹਾਂਜੀ। ਰਹਿੰਦੇ ਨਹੀਂ ਕੋਈ ਦਾ ਬੱਚਾ। ਅੱਛਾ ਜੀ। ਦੋਸਤ ਲੈ ਜਾਂਦੇ ਨੇ। ਹੁਣ ਪੱਠੀ ਸੀ ਕੱਟੀ। ਅੱਛਾ। ਇੱਕ ਪੱਠਾ ਸੀ ਦਾਏ। ਐਵੇਂ ਦਿਖਾ ਬੈਠਾਓਗੇ। ਦਿਖਾਓ ਜੀ ਕਰ ਦਿਖਾ। ਲੋ ਸਰ ਵਾਕਈ ਇਹ ਨਜਾਬ ਕਬੂਤਰ ਨੇ ਭਾਈਆ। ਪਰ ਕੱਟੇ ਨੇ ਸਟਰਕਚਰ ਦੇਖਣਾ ਦੋਵਾਂ ਦੇਖੋ। ਬਾਡੀਆਂ ਦੇਖੋ ਹਿੱਖਾਂ ਦੇਖੋ। ਇਹ ਪਹਿਲੇ ਵਾਲਾ ਕਬੂਤਰ ਹੈ ਨਾ? ਪਹਿਲੇ ਦੇਖਿਆ ਸੀ। ਇਹਦੇ ਨਾਲ ਇਹ ਲਾਈਏ। ਆ ਘੜ ਦੀ ਪੱਠੀ ਹੈ। 8 ਨੰਬਰ ਕਬੂਤਰੀ ਹੈ। ਆ 8 ਨੰਬਰ ਤੇ ਡੈਡੀ ਨੇ ਕਰਾਸ ਵਿੱਚ। ਅੱਛਾ ਜੀ। ਜਨ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ।
ਯਾਰ ਹਾਫਿਜ਼ ਸਾਹਿਬ ਯਕੀਨ ਕਰੋ ਮਜ਼ਾ ਆ ਗਿਆ ਕਬੂਤਰ ਜਿਹੜੇ ਟੈਸਟ ਜੋੜੇ ਗਰੰਟਡ ਜੋੜੇ ਪਾਸੇ ਦਾ ਤੁਹਾਨੂੰ ਸਾਰੇ ਦੋਸਤੋ ਤੁਹਾਨੂੰ ਵੀ ਮਜ਼ਾ ਆ ਜਾਏਗਾ ਯਕੀਨ ਕਰੋ ਕਬੂਤਰ ਜੀ ਸਾਡੇ ਮਹਿਬੂਬ ਵਾਲੇ ਬਹੁਤ ਅੱਛੇ ਜਿਸਮਾਂ ਦੀ ਮਾਲਕ ਹੈ ਕਬੂਤਰ ਕਿਆ ਔੜੀ ਸੜਕ ਨਹੀਂ ਬੱਚਾ ਪੈਂਦਾ ਸੀ ਪਸਾਵ ਚ ਮਾਸ਼ਾ ਅੱਲਾਹ ਇਸੇ ਜੋੜੇ ਦਾ ਹਾਂਜੀ ਇਸੇ ਜੋੜੇ ਦਾ ਕੋਈ ਨੀ ਮੈਂ ਪਤਾ ਹੈ ਰੋਜ਼ ਦਾ ਕੰਮ ਆ ਜਾਓ ਹਾਫਿਜ਼ ਸਾਹਿਬ ਹੱਥ ਬਿਲਕੁਲ ਸਾਫ਼ ਆ ਅੱਜਕਲ ਬੇਠਾ ਲੈ ਵੀ ਕਬੂਤਰ ਮਸ਼ਹੂਰ ਹੋ ਰਹੇ ਲੋ ਜੀ ਮਾਸ਼ਾ ਅੱਲਾਹ ਕੈਸਾ ਰੰਗ ਹੈ ਇਹਦਾ ਦੇਖੋ ਔਰ ਪੱਠਾ ਹੁਣੇ ਹੀ ਆਪਣੇ ਮਾਂ ਪਿਓ ਦੀ ਤਰ੍ਹਾਂ ਹਸੀਨ ਲੈਂਥ ਬੜੀ ਅੱਛੀ ਹੈ ਔਰ ਗ੍ਰਿਪ ਬਹੁਤ ਆਲਾ ਹੈ ਜੀ ਦੋਸਤੋ ਪੱਕੇ ਰੰਗਾਂ ਦੇ ਪੱਕੀਆਂ ਸ਼ਕਲਾਂ ਦੇ ਪੱਕੀਆਂ ਨੋਕਾਂ ਦੇ ਪੂਰੇ ਸਾਈਜ਼ਾਂ ਦੇ ਕਬੂਤਰ ਨੇ ਮਾਸ਼ਾ ਅੱਲਾਹ ਇਹੋ ਹੀ ਟੈਡੀ ਕਬੂਤਰ ਅੱਖਾਂ ਲੱਭ ਜਾਂਦੀਆਂ ਨੇ ਰੰਗ ਆ ਜਾਂਦਾ ਲੇਕਿਨ ਨੋਕਾਂ ਕੱਚੀਆਂ ਹੋ ਜਾਂਦੀਆਂ ਉਹਨਾਂ ਦੀਆਂ ਪਰਾਂ ਦੀ ਸ਼ੇਪ ਆਊਟ ਹੋ ਜਾਂਦੀ ਹੈ ਇਹ ਪੂਰੇ ਰੰਗਾਂ ਦੇ ਅਸਲ ਕਬੂਤਰ ਨੇ ਖਾਲਸ ਹਾਫਿਜ਼ ਸਾਹਿਬ ਦਾ ਨੰਬਰ ਹਾਫਿਜ਼ ਸਾਹਿਬ ਮੈਂ ਬੋਲ ਦਵਾਂ ਵਿੱਚ ਤਾਂ ਕਿ ਬੰਦ ਜਿਹੜਾ ਤੁਸੀਂ ਨਵਾਂ ਫੋਨ ਲਿਆ ਪੰਦਰਾਂ ਪ੍ਰੋ ਲਿਆ ਹਾਫਿਜ਼ ਸਾਹਿਬ ਜਿਹੜੇ ਦੋਸਤਾਂ ਨੂੰ ਰਾਬਤਾ ਕਰਨਾ ਹਾਫਿਜ਼ ਸਾਹਿਬ ਦੇ ਨਾਲ ਰਾਬਤਾ ਵੀ ਕਰਨ ਇਹ ਸੇਲ ਤਾਂ ਨਹੀਂ ਕਰਦੇ ਲੇਕਿਨ ਇਹ ਕਿ ਜਿਹਨਾਂ ਦੋਸਤਾਂ ਨਾਲ ਤਲਕ ਬਣ ਜੇ ਫਿਰ ਉਹਨਾਂ ਤੇ ਆਪਣਾ ਹੱਥ ਜ਼ਰੂਰ ਜੀ ਦੋਸਤੋ ਜੁਗਨੂੰ ਵੇਖ ਕੇ ਨਾ ਜੈਸਾ ਬਹੁਤ ਤਕੜਾ ਪੱਠਾ ਦਿਲ ਕਰ ਰਿਹਾ ਕਿ ਇਹਨੂੰ ਮਤਲਬ ਨਾ ਵਾਕਈ ਇਹ ਰੋਸ਼ਨੀ ਦੇਣ ਵਾਲਾ ਜੁਗਨੂੰ ਆ ਨੋਕਾਂ ਕੈਸੀਆਂ ਪਰਾਂ ਦੀ ਸ਼ੇਪ ਕੈਸੀ ਇਹਦੀ ਨਵੀਂ ਕਿੰਨੀ ਜੁਗਨੀ ਝਾੜ ਗਿਆ ਉਮਰ ਕਿੰਨੀ ਹੈ ਸਰ ਜੀ ਦਿਲ ਵਾਲੇ ਕਬੂਤਰ ਹੋਰ ਲਓ ਸਰ ਮਾਸ਼ਾ ਅੱਲਾਹ ਖਲੀਫਾ ਤੁਸੀਂ ਕੀਤਾ ਸ਼ਗਿਰਦ ਮੇਰਾ ਕਰਾ ਦਿੱਤਾ ਅੱਗੋਂ ਉਹਨੂੰ ਇਹ ਕਹਿ ਦਿੰਦੇ ਨਾ ਇੱਕ ਪੱਠੀ ਹਾਂਜੀ ਹਾਂਜੀ ਅਹਿਮਦ ਮਾਸਾ 47 ਦਾ ਕਬੂਤਰ ਤੁਹਾਡੀ ਪੱਠੀ ਹੈ 47 ਨੰਬਰ ਅੱਛਾ ਜੀ ਹਾਂਜੀ ਹਾਂਜੀ ਇਹ ਜਿਹੜੀ ਉਹ ਮਨੀਪ ਖਾਨ ਕੋਲ ਸਹੀ ਪੈ ਬਸ ਠੀਕ
ਮੇਰਾ ਭਰਾ ਵੀ ਦਿਖਾਉਣਾ ਉਹ ਤਾਂ ਚੰਗਾ ਹੋਵੇ ਨਾ ਮੋਬਾਈਲ ਚੰਗਾ ਹੋਣਾ ਚਾਹੀਦਾ ਸਰ ਜੀ ਇਹ ਮੋਬਾਈਲ ਹੁਣ ਦੋ ਗੁਰਦਿਆਂ ਨਾਲ ਆਉਂਦਾ ਹੈ ਤੇ ਦੋ ਦੇ ਕੇ ਤੇ ਮੁੜ ਕੇ ਬੰਦਾ ਚੱਲ ਜੇ ਡਾਇਲਿਸਿਸ ਤੇ ਫਾਇਦਾ ਲੋ ਜੀ ਮਾਸ਼ਾਅੱਲਾ ਆ ਦੇਖੋ ਜੀ ਅਭੀ ਸ਼ਰਮੀਲਾ ਮੱਠਾ ਇਹ ਚ ਅਸਰ ਖਾਨ ਦੁਮੜਾ ਦੀ ਮਾਦੀ ਸਵਾਰੀ ਤੇ ਸ਼ਰਮੀਲਾ ਗੂਤਾ ਸੀ ਔਰ ਰਿਆਨ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ ਆ ਦੋ ਮਿੰਟ ਡੰਡੜਾ ਰਿਆਨ ਭਾਈ ਬਹੁਤ ਹੋਲਾ ਮੇਰੇ ਹੱਥ ਬੜਾ ਭਾਰ ਹੁੰਦਾ ਪੱਟੀ ਲੋ ਜੀ ਸ਼ਰਮੀਲਾ ਪਲੱਸ ਅਸਗਰ ਖਾਨ ਦੁਮੜ ਸਾਹਿਬ ਵਾਲਾ ਸਲਾਰਾ ਲੱਗ ਕੇ ਤੇ ਇਹ ਨਿਕਲਿਆ ਤੇ ਇਹਨੇ ਹਨੇਰੇ ਚ ਬੱਚੇ ਬਿਠਾਣੇ ਆ ਮੈਂ ਤੁਹਾਨੂੰ ਐਡਵਾਂਸ ਦੱਸ ਦਿੰਦਾ ਤੇ ਰੰਗ ਦਾ ਵੀ ਬਹੁਤ ਖੂਬਸੂਰਤ ਬਣਿਆ ਖਾਨ ਸਾਹਿਬ ਵਾਲਾ ਕਬੂਤਰ ਹੈਗਾ ਕਿ ਚਲਾ ਗਿਆ ਦਿਖਾਓ ਜੀ ਪਰ ਜ਼ਰਾ ਲੋ ਜੀ ਇਹਦਾ ਦੂਸਰਾ ਵੀ ਬੜੀ ਗ੍ਰਿਪ ਹੈ ਜੀ ਬੜੀ ਅੱਛੀ ਗ੍ਰਿਪ ਹੈ ਜੀ ਸ਼ਰਮੀਲਾ ਕਬੂਤਰ ਜਾਨ ਬਾਈ ਮੇਰਾ ਸ਼ੂਟਰ ਦਾ ਨਾਮ ਰੱਖਿਆ ਬਹੁਤ ਵਾਲਾ ਬੱਚਾ ਹਾਂਜੀ ਆ ਵੀ 47 ਨੰਬਰ ਦਾ ਪੁੱਤਰ ਇਹਦਾ ਬਾਪ ਇਹਦਾ ਸੀ ਜਿਹੜਾ ਮਰ ਗਿਆ ਮੇਰੇ ਤੋਂ ਇਹ ਉਸ ਪੱਠੀ ਦਾ ਕੀ ਲੱਗਦਾ ਭਰਾ ਸੱਕਾ ਭਰਾ ਇਹਦਾ ਨਾਮ ਮਾਦੀ ਕਿਹੜੀ ਲਾਈ ਬੱਚੇ ਨੂੰ ਰਾਤ ਨੂੰ ਮਿਲਦੇ ਚਾਹੀਦੇ ਸ਼ਰਮੀਲਾ ਅੱਠ ਨੰਬਰ ਕਬੂਤਰ ਵੱਡੀਆਂ ਨੀ ਅੱਠ ਨੰਬਰ ਕਬੂਤਰ ਮਹਿਬੂਬ ਵਾਲੀ ਵਾਰੀ ਠੀਕ ਹੈ ਤੇ ਪਿਓ ਕਿਹੜਾ ਪਿਓ ਜੀ ਇਹਦਾ ਭਰਾ ਅੱਛਾ ਇਹ ਤੁਸੀਂ ਆਪਣੇ ਕਬੂਤਰ ਆਪ ਵੀ ਜਦੋਂ ਰਾਤ ਬਹਿ ਕੇ ਦੇਖੋਗੇ ਨਾ ਤਸੱਲੀ ਨਾਲ ਤੇ ਤੁਹਾਨੂੰ ਮਜ਼ਾ ਆਏਗਾ ਪਤਾ ਲੱਗੇਗਾ ਕਿ ਕੋਈ ਸ਼ੌਕ ਹੋਇਆ ਲੋ ਜੀ ਦੋਸਤੋ ਖੰਜਰ ਲੱਗੇ ਹੋਏ ਆ ਦੂਜੀ ਤੀਜੇ ਮਿੰਟ ਦੇ ਵਿੱਚ ਸਮਾਨ ਚ ਗਾਇਬ ਆਇਆ ਕਬੂਤਰੀ ਇਹੀ ਕਬੂਤਰਾਂ ਨੂੰ ਗੁੰਦੇ ਲੱਗੇ ਹੋਣ ਤੇ ਮੁਕਾਬਲੇ ਕਰਦੇ ਆ ਗਹਿਰਾਈ ਕਰਦੇ ਆ ਥੱਕਦੇ ਨਹੀਂ ਆ ਸ਼ਾਮ ਨੂੰ ਵੀ ਉਹੀ ਕੁੰਦਾ ਚੱਲਦਾ ਜਿਹੜਾ ਸਵੇਰ ਦੇ ਟਾਈਮ ਚੱਲਦਾ ਪਿਆ ਹੁੰਦਾ ਜਵਾਬ ਨਹੀਂ ਸਰ ਜੀ ਅੱਛਾ ਜੀ ਇਹ ਲੱਗੀ ਸ਼ਰਮੀਲੇ ਨਾਲ ਇਹ ਵਾਲੀ ਹਾਂ ਮਾਦੀ ਇਹ ਕਿਹੜੀ ਹੈ ਸਰ ਵੇਖੋ ਤੇ ਸਹੀ ਪਹਿਲਾਂ ਇਹ ਤੇ ਰਾਮਪੁਰੀ ਟੱਚ ਲੱਗ ਰਿਹਾ ਟੈਡੀ ਹੈ ਵੀ ਇਹ ਕਿੱਥੋਂ ਆਈ ਸੀ ਉਸਤਾਦ ਜੀ ਹਾਫ ਫਰਕਾਨ ਸਾਹਿਬ ਦੇ ਘਰੋਂ ਹਾਫ ਸਾਹਿਬ ਦੇ ਘਰੋਂ ਨਹੀਂ ਗੱਲ ਜਿਹੜੀ ਬੰਦਾ ਜਿਸ ਘਰੋਂ ਆਈ ਬੰਦਾ ਉਹਦਾ ਨਾਮ ਲਵੇ ਇਹ ਅੱਛਾ ਕੀ ਕਹਿੰਦੇ ਮੈਂ ਦੋ ਸਾਹਿਬ ਵੱਡੇ ਸਾਥ ਬਾਤ ਹੈ ਨਾ ਹਾਂ ਲੱਗੇ ਲੱਗੇ ਕਰਦੇ ਹਾਂ ਹਾਂਜੀ ਸਾਹਿਬ ਨੂੰ ਤੇ ਫਰਕਾਨ ਸਾਹਿਬ ਨੂੰ ਲੱਗੇ ਲੱਗੇ ਫਰਕਾਨ ਸਾਹਿਬ ਤੇ ਹਾਈ ਸਾਹਿਬ ਤੋਂ ਵੀ ਵੱਡੇ ਸਾਥ ਹਾਂ ਲੱਗੇ ਲੱਗੇ ਕਰਦੇ ਦੂਜੇ ਕੰਮ ਦੇ ਸਾਥ ਲੱਗੇ ਲੱਗੇ ਕਰਦੇ ਨਹੀਂ ਜੀ ਆਪ ਸਾਹਿਬ ਇਸ ਟਾਈਮ ਚੈਂਪੀਅਨ ਨੇ ਪੜਾਈ ਨਹੀਂ ਦੇ ਰਹੇ ਪਰ ਰੰਗ ਵੀ ਸ਼ਰਮੀਲੇ ਅੱਗੋਂ ਬਣਾ ਲਿਆ ਬੜੀ ਫਨਕਾਰੀ ਕੀਤੀ ਹੈ ਬਾਹਰੋਂ ਬਾਹਰੋਂ ਇਹਦੇ ਚ ਵੀ ਫਿਰ ਹੋਏਗਾ ਸ਼ਰਮੀਲਾ ਪਰ ਮਾਪਾ ਦੇਖਿਆ ਟੈਡੀ ਹੈ ਸਾਰੇ ਟੈਡੀ ਚੁੰਝਾ ਮੋਮੀ ਕਰਕੇ ਨਾ ਇਹਨਾਂ ਰੰਗ ਪਾ ਕੇ ਤੇ ਵਿੱਚੋਂ ਸ਼ਰਮੀਲਾ ਕਢਾ ਲਿਆ ਬੜੇ ਉਸਤਾਦ ਆ ਆਪ ਸਾਹਿਬ ਉਹਦੇ ਨਾਲ ਹੋਰ ਜਿਹੜਾ ਵੀ ਤੁਸੀਂ ਲਾਉਂਦੇ ਹੋ ਜੀਰਾ ਨਹੀਂ ਕੱਢਣਾ ਸੀ ਲੇਕਿਨ ਇੱਕ ਗੱਲ ਹੋਰ ਵੀ ਹੈ ਉਹ ਕਬੂਤਰ ਇਸ ਮਾਦੀ ਦਾ ਮੁਹਤਾਜ ਨਹੀਂ ਹੈ ਬੱਚੇ ਡਾਂਚ ਫੇਰ ਬਸ ਇਹਨੂੰ ਕਿਹਾ ਤੂੰ ਆਂਡੇ ਦੇ ਦੇ ਯਾਰ ਬਸ ਆ ਦੇਖੋ ਮੇਰਾ ਅੱਠ ਨੰਬਰ ਕਬੂਤਰ ਮਾਸ਼ਾਅੱਲਾ ਇਹ ਮੇਨ ਅੱਠ ਨੰਬਰ ਅੱਠ ਨੰਬਰ ਪਠਾਨ ਜੀ ਵੱਡੇ ਕਬੂਤਰ ਦਾ ਪੁੱਤਰ ਵੱਡੇ ਦਾ ਪੁੱਤਰ ਅੱਠ ਦਾ ਜੈਸਾ ਜਦੋਂ ਚੈਂਪੀਅਨ ਸੀ ਚੀਮਾ ਸਾਹਿਬ ਆਹੀ ਉੜੇ ਸੀ ਤੁਸੀਂ ਗਏ ਸੀ ਹਾਂ ਮੈਂ ਗਿਆ ਸੀ ਬਿਲਕੁਲ ਗਿਆ ਸੀ
ਸੁਣੋ ਜੀ ਹੁਣ ਸਰ ਕਬੂਤਰ ਨੂੰ ਕਿੱਦਾਂ ਮਜ਼ਾ ਆ ਰਿਹਾ ਕੁੰਡਾ ਦੇਖ ਕੇ ਦੋਸਤਾਂ ਨੂੰ ਅੱਧੇ ਮਜ਼ਾ ਨਾ ਦੇ ਸਰ ਓਕੇ हाथ छपड़ा भी बंदा उधर देखो मदीना ली बठी मेरी चुमया तो फिर होर सोहना होना चाहिए सी अच्छा एक दोस्तां नूं होर एक टेक्निक दिंदा जिन्ना कबूतर ज्यादा तड़फण वाला होवे ना उन्ना नूं नरम हाथ नाल फड़ोगे ना फिर नहीं तड़फेगा जो तुसी तड़फण वाले नूं ज्यादा देखो नरम हाथ कीता ना इन्ने भी नरम हाथ फड़दे ताजी लाइट च लंडिया मैं ही कड़ा दी बच्चा यार गला खराब सी मैं कड़ देना ਆ ਸਰ ਕਬੂਤਰ ਦੇਖੋ ਜਾਨ ਭਾਈ ਮਜ਼ਾ ਆ ਰਿਹਾ ਨਾ ਦੋਸਤਾਂ ਨੂੰ ਦੇਖਣ ਦਾ ਸਰ ਕਬੂਤਰ ਦਾ ਆਪਣਾ ਮਜ਼ਾ ਜਾਨ ਭਾਈ ਸਭ ਥੱਲੋਂ ਪਾਣੀ ਲੈ ਕੇ ਆ ਤੂੰ ਤੇ ਚਾਹ ਦਾ ਕਹਿ ਦੇ ਚਾਹੇ ਨਹੀਂ ਸਮਾਨ ਕੁਛ ਨਹੀਂ ਅਸੀਂ ਖਾਣਾ ਖਾਧਾ ਹੋਇਆ ਸਿਰਫ ਸਾਦਾ ਚਾਹ ਪੀਣੀ ਹੈ ਤੇ ਪਾਣੀ ਲੈ ਆ ਫਟਾਫਟ ਭੱਜ ਕੇ ਪਹਿਲੇ ਪਾਣੀ ਲੈ ਆ ਨਹੀਂ ਯਾਰ ਚਾਹ ਉੱਤੇ ਪੀਣੀ ਅਸੀਂ ਥੱਲੇ ਜਾਣਾ ਹੀ ਨਹੀਂ ਥੱਲੇ ਤਾਂ ਸਾਡਾ ਕੰਮ ਹੀ ਕੋਈ ਨਹੀਂ ਨਹੀਂ ਟੇਬਲ ਬਸ ਤੂੰ ਪਾਣੀ ਦਾ ਜੱਗ ਲਿਆ ਬਾਕੀ ਬਾਅਦ ਚ ਕਰਾਂਗੇ ਜਵਾਬ ਨਹੀਂ ਆਉਂਦਾ ਸਾਨੂੰ ਕੀ ਦੇ ਦੇ ਫੜ ਗਏ ਸਰ ਬਹੁਤ ਆਲਾ ਅੱਛਾ ਜ਼ੀਰਿਆਂ ਦਾ ਵੀ ਕਿਸੇ ਦਾ ਸ਼ੌਕ ਕਰਾਓ ਨਾ ਦੇ ਦਿੰਦੇ ਹੋ ਅੱਛਾ ਬਾਰਾਂ ਹੋਰ ਦਿਖਾਓ ਜਿਹੜੇ ਤੁਹਾਡੇ ਕੋਲ ਲਾਵਾ ਵਾਲੇ ਕਬੂਤਰ ਆਹ ਕਬੂਤਰ ਖੜਾ ਅੱਗੇ ਨੁੱਕਰ ਵਾਲਾ ਕਬੂਤਰਾਂ ਦੀ ਫਿਟਨੈਸ ਬਹੁਤ ਅੱਛੀ ਕੀ ਪਾ ਰਹੇ ਉਹਨਾਂ ਨੂੰ ਤਾਂ ਸਭ ਦਾਣਾ ਦਾਣਾ ਤੋਂ ਇਲਾਵਾ ਕੀ ਪਾ ਰਹੇ ਦਾਣੇ ਤੋਂ ਇਲਾਵਾ ਕੀ ਪਾ ਰਹੇ ਤਾਂ ਹੀ ਹੋਰ ਇਸ ਤੋਂ ਇਲਾਵਾ ਉਹ ਫੀਡ ਬੰਦਾ ਜੀ ਥੋੜੀ ਥੋੜੀ ਦਿੰਦਾ ਲਾ ਕੇ ਜਿਹੜਾ ਬਚਾ ਲਾ ਸ਼ਰਮੀਲੇ ਦੇ ਬੈਠੇ ਦਾ ਮੈਂ ਵੀ ਗਲਾ ਦੇ ਮਕਰਾ ਮੈਂ ਛੱਡ ਦਿਆਂ ਜੀ ਬਸ ਕੱਲ ਲੈ ਨਾ ਵੀ ਸਹੀ ਹੋ ਲੈਣਾ ਠੀਕ ਹੋ ਜੀ ਮਾਸ਼ਾ ਅੱਲਾ ਸਾਡੇ ਮਾੜੇ ਜੇ ਕੋਈ ਆ ਕਿਹੜੇ ਸ਼ਰਮੀਲੇ ਦਾ ਵਾ ਸਾਬਨ ਮੈਂ ਤੈਨੂੰ ਟੈਲੋਪਿਨ ਦੱਸਾਂਗਾ ਨਾ ਉਹੀ ਲਾਇਆ ਉਹੀ ਲਾ ਰਹੇ ਹਾਂ ਫੇਰ ਲਾ ਦੇ ਇਹਨੂੰ ਤੇ ਲਾਇਆ ਨਹੀਂ ਜਾ ਰਹਾ ਦੇਣਾ ਇਹਨੂੰ ਜਾ ਕੇ ਠੀਕ ਕਰ ਲਈ ਸਹੀ ਹੈ ਹਾਂ ਮਦੀਨਾ ਦੀ ਪੱਠੀ ਦਾ ਹਾਂ ਹਾਂ ਇਹ ਆ ਗਈ ਮਦੀਨਾ ਦੀ ਪੱਠੀ ਦਾ ਇਹ ਹੁਣ ਲੈਸ ਹੋਈ ਆ ਉਸ ਹਾਂਜੀ ਉਸਰਾ ਹੁਣ ਪਰਦੀ ਬਣੀ ਬੱਚੇ ਦਾ ਜਨਰਲ ਸਟੋਰ ਦੇ ਬੱਚੇ ਬਹੁਤ ਉੱਡਦੇ ਪਏ ਕ੍ਰਾਸ ਪਾਇਆ ਉਹਨਾਂ ਗੋਲਡਨ ਕਬੂਤਰਾਂ ਚ ਪਾਇਆ ਜਨ ਭਾਈ ਅੱਗੇ ਮੈਂ ਆਪ ਚਲਾਈ ਜਾਂਦਾ ਕੱਲੀ ਡਾਲੂ ਇਹਦੀ ਹਣਾ ਬਹੁਤ ਜੋ ਵਜੂਦੀ ਦਰਮਿਆਨੀ ਨਿਕਲੀ ਹੈ ਨਾ ਤੇ ਦਸਵਾਂ ਲੰਮਾ ਕਰ ਗਈ ਜੀ
ਉਤੋਂ ਦੀ ਮੈਂ ਅੱਗੇ ਗਿਆ ਦਿਆਂ ਤੇਰਾ ਮੋਬਾਈਲ ਐਪ 15 14 Pro Max ਨਾ ਮੋਬਾਈਲ ਦਾ ਹੀ ਕਮਾਲ ਆ ਚਾਚਾ ਕਿਆ ਕਬੂਤਰੀ ਹੈ ਯਾਰ ਕਿਹਦਾ ਖੂਬਸੂਰਤ ਸਟਾਈਲ ਹੋਣਾ ਪਾ ਦੋ ਚਾਰ ਹੀ ਜਾਣਾ ਬਾਈ ਹੁਣ ਬਸ ਠੀਕ ਆ ਬਸ ਠੀਕ ਹੋ ਗਏ ਹੋਰ ਤਾਂ ਬਗਾਇਦ ਦੇਖੀਏ ਸਾਰੇ ਕਬੂਤਰ ਬਹੁਤੇ ਮਦੀਨੇ ਦਾ ਕਬੂਤਰ ਆਪਣੇ ਬਸ ਮੈਂ ਮੁਕਸਰ ਕਰ ਦੇਣਾ ਕਬੂਤਰ ਹਾਂ ਤੈਨੂੰ ਖਾਸਾ ਮਾਦੀ ਸਾਨੂੰ ਤੁਮਣਾ ਹਾਂਜੀ ਉਹ ਤੇ ਲਾਗ ਨਹੀਂ ਦੇਖੋ ਨਾ ਜੋ ਸਭ ਐਸ ਖਾਨੇ ਚਾ ਉਤਲਾ ਕਬੂਤਰ ਕਿਹੜਾ ਵਾ ਇੱਧਰ 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 ਪਿੱਛੇ ਉੱਤੇ ਇਹ ਇਹ ਉਤਲਾ ਖਾਨ ਸਾਹਿਬ ਕੋਲੋਂ ਮਾਦੀ ਹੈ ਜੀ ਸਲਾਰੀ ਇੱਕ ਗੱਲ ਦੱਸਾਂ ਇਹ ਕਬੂਤਰੀ ਜਿਹੜਾ ਸ਼ਰਮੀਲਾ ਸਲਾਰਾ ਤੁਸੀਂ ਕੱਟਿਆ ਨਾ ਖਾਨ ਸਾਹਿਬ ਵਾਲਾ ਜੀ ਉਹਦਾ ਨਾ ਲਾ ਕੇ ਤੇ ਦੋ ਬੱਚੇ ਰੁਕੋ ਯਾਰ ਮੇਰੀ ਮਾਂ ਵਾ ਮੇਰਾ ਮਾਂ ਪੁੱਤ ਹੈ ਅੱਛਾ ਵੇ ਮਾਂ ਪੁੱਤ ਹੋ ਜਾਣਾ ਅੱਛਾ ਇਹਦੀ ਧੀ ਆ ਇਹਦੀ ਉਹ ਧੀ ਆ ਮਾਸ਼ਾਅੱਲਾ ਇਹਦੇ ਨਾਲ ਨਾਰ ਕਿਹਦਾ ਲਾਇਆ ਜੀ ਹਾਂ ਨਾ ਮੈਂ ਹਲੇ ਵੀ ਥੋੜੀ ਜੀ ਥੋੜੀ ਵੀਕ ਹਾਂ ਮਾਰ ਹੋ ਗਈ ਸੀ ਸਾਬਰ ਤੈਨੂੰ ਪਾਣੀ ਲੈਣ ਭੇਜਿਆ ਆ ਲੈ ਪਾਣੀ ਕਹਿੰਦੇ ਆ ਆਹਾ ਯਾਰ ਸਾਥ ਵਿਆਹ ਸਾਹਿਬ ਆ ਜੋੜੇ ਦੇ ਛੱਤੀ ਨਾਲ ਪੁੱਛ ਸਾਹਿਬ ਨੂੰ ਕਹਿੰਦਾ ਮੈਂ ਛੱਡ ਸਾਬਰ 10,000 10,000 ਸਾਨੂੰ ਕੁਛ ਹਾਂਜੀ ਆਪਣੇ ਕੁਤਰਾਂ ਦਾ ਜੀ ਕਸੂਰੋਂ ਛੇ ਤੋਂ ਲਿਖੇ ਰੰਗੇ ਕੋਲ ਇਹਦੇ ਬੱਚੇ ਕਿੱਥੇ ਆ ਹੁਣ ਜਿਹੜੇ ਨਿਕਲੇ ਹੁਣ ਹੈ ਹੀ ਕੋਈ ਨਹੀਂ ਹੁਣ ਭਾਈ ਇੱਕ ਸ਼ੀਰਦ ਆਇਆ ਸੀ ਚਾਕੇ ਲਾ ਕੇ ਤੇ ਨਹੀਂ ਜਾ ਰਹੇ ਬੱਚੇ ਅੱਛਾ ਇੱਕ ਨਾ ਇੱਥੇ ਡੋਬੇ ਭੇਜਦਾ ਸੀ ਬੱਚਾ ਕਿਹਦਾ ਹਾਂ ਤਿੰਨ ਲੈ ਗਿਆ ਸ਼ੀਰਦ ਜਾ ਕੇ ਤਿੰਨ ਹੀ ਲੈ ਗਿਆ ਚਲੋ ਇਹਨਾਂ ਨੇ ਜਾ ਕੇ ਲੈ ਗਿਆ ਭਾਈ ਥੱਲੇ ਮਦਾਨ ਹੀ ਕਰਦਾ ਹੁਣ ਆਪ ਸਾਹਿਬ ਦਾ ਤੱਲਾ ਕੀ ਇੰਜ ਦਾ ਨਾ ਉੱਪਰ ਭਰਾ ਹੁਣ ਬਸ ਪਤਾ ਦੋ ਸਾ ਭਾਈ ਹੈ ਕੋਈ ਨਹੀਂ ਖੈਰ ਫਿਰ ਨਿਕਲੇ ਕੋਈ ਕਬੂਤਰ ਨਿਕਲਣ ਦੇ ਨਾਲ ਇਹ ਆਪ ਸਾਹਿਬ ਨੂੰ ਫਿਰ ਨਾ ਨਹੀਂ ਨਾ ਜਦੋਂ ਮਰਜ਼ੀ ਜਾਣ ਲੈਣ ਜੋ ਮਰਜ਼ੀ ਕਰ ਲੈ ਹੁਣ ਕੀ ਹੈ ਜੀ ਇਹਦੇ ਥੱਲੇ ਇਸ ਟਾਈਮ ਕੀ ਸਾਜ ਥੱਲੇ ਅੰਡੇ ਜੀ ਜਿਹੜੀ ਤੁਸੀਂ ਟਕੇਟੀ ਕਰਨੀ ਹੁੰਦੀ ਹੈ ਉਹ ਆਮ ਤੇ ਨਹੀਂ ਨਾ ਹੁੰਦੀ ਬੰਦੇ ਠਾ ਕੇ ਲੱਤਾਂ ਬੰਨ ਕੇ ਫੇਰ ਤੁਸੀਂ ਟਕੇਟੀ ਕਰਦੇ ਆ ਇਹਨਾਂ ਦੀ ਮੁਹੱਬਤ ਆ ਭਰਾਵਾਂ ਦੀ ਕਿੱਦਾਂ ਵੀ ਹਾਂ ਸਰ ਪਿੱਛੋਂ ਦੀ ਆ ਕੇ ਵਹਿੰਦੇ ਆ ਜ਼ੂਮ ਬੰਦੇ ਆ ਬੰਦੇ ਆ ਕਬੂਤਰ ਨਹੀਂ ਬੰਦੇ ਆ ਬੰਦਿਆਂ ਜਿਹਨੀ ਅਕਲ ਹੈ ਇਹਨਾਂ ਨੂੰ ਜੋੜਾ ਹੀ ਬੜਾ ਵੱਡਾ ਲਾਤਾ ਜੀ ਸਾਰਾ ਇਹ 17 ਨੰਬਰ ਲਾਈਨ ਨਜ਼ਰ ਆ ਰਹੀ ਇਹਦੇ ਚ 17 ਦਾ ਕਬੂਤਰ ਮਿਲਿਆ ਇਸ ਚ 17 ਨੰਬਰ ਨਜ਼ਰ ਆ ਰਹੀ ਕਿਹੜੀ ਭਲਾ ਹਜੇ ਉਹ ਬੇਰਾ 17 ਨੰਬਰ ਕਬੂਤਰ ਮਿਲਿਆ ਬਹੁਤ ਉਹ ਹਜੇ ਪਾਰੇ ਦਾ ਅਜੀਓ ਸਾਬਰ ਉਧਰ ਚੜੀਏ ਬਾਅਦ ਚ ਸਾਬਰ ਤੇ ਆਪਣੇ ਘਰ ਚ ਪਏ ਸਾਬਰ ਬਹੁਤ ਚੰਗੇ ਆ ਮੈਂ ਥੋੜਾ ਰੱਖਿਆ
ਸਾਬਰ ਨੂੰ ਮੈਂ ਚਾਚਾ ਵੀ ਆ ਇਹਦਾ ਇਹਦਾ ਜੋੜਾ ਬੱਚਾ ਵੀ ਲੈ ਕੇ ਲੱਗੇ ਅੱਛਾ ਬੰਦਾ ਠੀਕ ਨਹੀਂ ਹੈਗਾ ਫਿਰ ਨਹੀਂ ਉਹ ਦਾਣਾ ਪਾਂਡਿਆ ਫਿਰ ਇਹਦੇ ਕੋਲ ਨਿਕਲਣੇ ਇਹਦਾ ਪਾਣੀ ਪਾ ਰਿਹਾ ਭਾਈ ਸਿੱਧਾ ਪਾਣੀ ਪਾਈਦਾ ਲਓ ਜੀ ਇਹ ਸਾਬਰ ਜਿਹੜਾ ਮਾਸ਼ਾਅੱਲਾ ਇੱਥੇ ਉਸਤਾਦਾਂ ਦਾ ਕੀ ਟਿੱਕਰ ਆ ਹਫ ਸਾਹਿਬ ਏਦਾਂ ਦੀ ਕਦੀ ਵੀਡੀਓ ਤੁਹਾਨੂੰ ਲੱਭੇਗੀ ਨੀ ਇਨਸ਼ਾਅੱਲਾ ਮੋਬਾਈਲ ਲਗਵਾ ਲਾ ਤੇ ਮਾਸ਼ਾਅੱਲਾ ਮੇਰੇ ਭਰਾ ਦੇ ਹੁਸਨ ਦਾ ਪਿਆਰ ਮੁਹੱਬਤ ਦਾ ਕਮਾਲ ਖੁਸ਼ ਰਹੋ ਹਾਸੇ ਪਾਸੇ ਲਓ ਜੀ ਦੇਖ ਰਹੇ ਹੋ ਲੋਕਾਂ ਅੱਗੇ ਲੱਗੀਆਂ ਜੀ ਦੋਸਤੋ ਭਾਈ ਕੌਂਟਾ ਸਾਹਿਬ ਨੇ ਟਾਈਮ ਦਿੱਤਾ ਜੀ ਇਹਨਾਂ ਦੀ ਮਿਹਰਬਾਨੀ ਹੈ ਨਾਲ ਚਲੋ ਸ਼ੌਕ ਵੀ ਹੋ ਗਿਆ ਸਾਡਾ ਤੁਸੀਂ ਮੋਬਾਈਲ ਫੋਟੋ ਤੇ ਕਬੂਤਰੀ ਦਿਖਾਓ ਮਜ਼ਾ ਆਏਗਾ ਉਸ ਅੱਜ ਲਓ ਜੀ ਆਖਰੀ ਕਬੂਤਰੀ ਸੀ ਅੱਜ ਦੇ ਸ਼ੌਕ ਦੀ ਹੁਣ ਇਹ ਤੋਂ ਬਾਅਦ ਅਸੀਂ ਸ਼ੌਕ ਕਰਾਂਗੇ ਤੇ ਦੋਸਤਾਂ ਨੇ ਕਾਫੀ ਕਮੈਂਟਸ ਕੀਤੇ ਆ ਤੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਸੇਜ ਕੀਤੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਦਿਖਾ ਦੋ ਦਿਖਾ ਦੋ ਦਿਖਾ ਦੋ ਰਾਣਾ ਮੁਬੱਸ਼ਰ ਸਾਹਿਬ ਵੀ ਨਾਲ ਨੇ ਜੀ ਹਾਂਜੀ ਤੇ ਛੱਡਣੀ ਅੱਛਾ ਜੀ ਸਾਡੇ ਚਾਰ ਪੰਜ ਵਜੇ ਤੇ ਮੈਂ ਗਿਫਟ ਕਰਦਾ ਨਸ਼ਹਿਰਾ ਮੈਂ ਸ਼ੇਰ ਦਾ ਫੋਨ ਆਇਆ ਸੀ ਉਮੀਦ ਹੈ ਤੁਹਾਨੂੰ ਅੱਜ ਦੀ ਐਫਰਟ ਪਸੰਦ ਆਈ ਹੋਏਗੀ ਔਰ ਕੋਈ ਦੋਸਤ ਜਿਹੜੇ ਕੋਈ ਸ਼ੌਕ ਦੇ ਹਵਾਲੇ ਨਾਲ ਅੱਛਾ ਸ਼ੌਕ ਕਰਨ ਦੇ ਹਵਾਲੇ ਨਾਲ ਜਿਨ੍ਹਾਂ ਦੇ ਛੱਤ ਵਾਲੇ ਪ੍ਰੋਪਰ ਬਾਜ਼ੀਗੀਰ ਬੰਦੇ ਨੇ ਅਗਰ ਕਿਸੇ ਨੂੰ ਦੋਸਤ ਨੂੰ ਕਬੂਤਰ ਬਾਜ਼ੀ ਕਿਸੇ ਕਿਸਮ ਦੀ ਹੈਲਪ ਦੀ ਜ਼ਰੂਰਤ ਹੋਵੇ ਤਾਂ ਹਾਫਿਜ਼ ਸਾਹਿਬ ਮੇਰੇ ਭਾਈ ਨੇ ਮੈਂ ਇਹਨਾਂ ਦੀ ਅਲਹਮਦੁਲਿਲਾ ਗਰੰਟੀ ਦੇ ਸਕਦਾ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਇੱਕ ਚਿਰਾਗ ਤੋਂ ਕਈ ਚਿਰਾਗ ਚਲਾਏ ਅਤੇ ਇਹਨਾਂ ਦੇ ਹੱਥ ਦੇ ਲਾਏ ਹੋਏ ਬੂਟੇ ਅਲਹਮਦੁਲਿਲਾ ਚੈਂਪੀਅਨ ਹੋ ਰਹੇ ਅਤੇ ਮੈਂ ਹਾਫਿਜ਼ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਕੋਈ ਦੋਸਤ ਅੱਛੇ ਬਾਜ਼ੀ ਮੇਕਰ ਬੰਦੇ ਹੋਣੇ ਨਾ ਹੋਣ ਬਾਜ਼ੀ ਤਿੰਨਾਂ ਘਰਾਂ ਨਾਲ ਵੀ ਨਾ ਹੋਵੇ ਤੇ ਮਗਰ ਇਸ ਸਾਦਾ ਤੇ ਜਿਹੜੇ ਅੱਛੇ ਸ਼ੌਕੀਨ ਜਿਹੜਾ ਸ਼ੌਕ ਕਰਨ ਵਾਲੇ ਦੋਸਤ ਨੇ ਭਾਈ ਨੇ ਕਿਸੇ ਵਕਤ ਵੀ ਕਿਸੇ ਨੂੰ ਹੈਲਪ ਦੀ ਲੋੜ ਤੋਂ ਹੋਇਆ ਹਾਫਿਜ਼ ਸਾਹਿਬ ਬਹੁਤ ਅੱਛੇ ਇਨਸਾਨ ਨੇ ਇਨਸ਼ਾਅੱਲਾ ਤੁਹਾਡੀ ਹੈਲਪ ਵੀ ਕਰਨਗੇ ਇਹਨਾਂ ਨਾਲ ਰਾਬਤਾ ਕਰਿਓ ਇਹਨਾਂ ਦਾ ਨੰਬਰ ਹੈ 0301-865-1633 ਇਸੇ ਨੰਬਰ 'ਤੇ ਵਟਸਐਪ ਹੈ ਹਾਫਿਜ਼ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਦੋਸਤਾਂ ਦਾ ਤੁਹਾਡਾ ਤੁਸੀਂ ਇੰਨਾ ਕੀਮਤੀ ਟਾਈਮ ਸਾਨੂੰ ਦਿੱਤਾ ਔਰ ਹਾਫਿਜ਼ ਸਾਹਿਬ ਦਾ ਬਹੁਤ ਮਸ਼ਹੂਰ ਹੈ ਜਿਨ੍ਹਾਂ ਨੇ ਮੁਹੱਬਤ ਕੀਤੀ ਪਿਆਰ ਕੀਤਾ ਆਪਣਾ ਖਿਆਲ ਰੱਖਿਓ ਬਹੁਤ